अगे विधानसभा सैशन की गल करते हैं। अज तो विधानसभा का सैशन शुरू हो रहा, हंगामे भरपूर रहन के आसार है। गवर्नर के नाल तकरार के विचाले इस सैशन की शुरुआत जी हो रही है। दो दिन सैशन की कार्रवाई चलेगी तो इस विरोधी कई मुद्दों के उत्ते सरकार घेरणगे। सरकार जी विरोधियों के उत्ते पलटवार करेगी। दो GST सोध बिल जोड़े वो पेश इस किए जाएंगे। हालांकि जो तीन बिल है उन्हां दे उत्ते रोक लगाई गई सी बीते दिन राज्यपाल दे वल्लों। क्यों ये सारा मामला जो भखिया या इस जो सैशन दे विच की कोई खास रहेगा तो प्रियंका मिलू साढ़े नाल जुड़े हुए वधेरे जानकारी उन्हां तों लवांगे। प्रियंका, विधानसभा का दो दिन सैशन है, हालांकि राज्यपाल ने इसनों गैर संवैधानक आख दिता, उस तों बाद भी कार्रवाई होनी है, सैशन जिहड़ा वो अज चलेगा, शुरुआत होएगी, तो की कुछ खास इस दे विच रहेगा, किहड़े किहड़े बिल पेश कीते जा सकते हैं तो किस तरह की कार्रवाई? ਸਭਾ ਸੈਸ਼ਨ ਦੋ ਰੋਜ਼ ਦਾ ਸੈਸ਼ਨ ਹੈਗਾ ਤੇ ਅੱਜ ਸ਼ੁੱਕਰਵਾਰ ਨੂੰ ਯਾਨੀ ਕਿ ਸੈਸ਼ਨ ਦੀ ਸ਼ੁਰੂਆਤ ਹੋ ਰਹੀ ਹੈ। ਦੱਸ ਦਈਏ ਇਸ ਤੋਂ ਪਹਿਲਾਂ ਜਿਹੜੇ ਰਾਜਪਾਲ ਨੇ ਬਨਵਾਰੀ ਲਾਲ ਪੁਰੋਹਿਤ ਉਹਨਾਂ ਦੇ ਵੱਲੋਂ ਇਸ ਸੈਸ਼ਨ ਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਗਿਆ ਸੀ, ਹਾਲਾਂਕਿ ਉਸ ਦੇ ਬਿਟਵੀਨ ਜਿਹੜਾ ਹੈ ਸਾਰਾ ਸੈਸ਼ਨ ਸ਼ੁਰੂ ਹੋ ਰਿਹਾ ਹੈ। ਪਰ ਜਿਸ ਤਰ੍ਹਾਂ ਦੇ ਨਾਲ GST ਸੋਧ ਬਿੱਲਾਂ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਰਾਜਪਾਲ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀ ਕਿ ਆਖਿਰ ਇੰਨੀ ਦੇਰੀ ਇਸ ਦੇ ਵਿੱਚ ਕਿਉਂ ਕੀਤੀ ਗਈ ਹੈ, ਕਿਉਂਕਿ ਜੁਲਾਈ ਮਹੀਨੇ ਦੇ ਵਿੱਚ GST ਕਾਉਂਸਲ ਦੇ ਵੱਲੋਂ ਬਿੱਲ ਜਿਹੜਾ ਹੈ ਪਾਸ ਕਰ ਦਿੱਤਾ ਗਿਆ ਸੀ ਤੇ ਇਸ ਦੇ ਨਾਲ ਹੀ ਉਹਨਾਂ ਦਾ ਵੀ ਕਹਿਣਾ ਸੀਗਾ ਕਿ ਹਾਲਾਂਕਿ ਇਸ ਸੋਧ ਦੇ ਵਿੱਚ ਜਿਹੜੀਆਂ ਆਨਲਾਈਨ ਗੇਮਿੰਗਸ ਨੇ ਉਹਨਾਂ ਦੇ ਉੱਤੇ 28% ਜਿਹੜਾ ਹੈ ਗੇਮਿੰਗ ਜਿਹੜੀ ਆਨਲਾਈਨ ਗੇਮਿੰਗਸ ਨੇ ਉਹਨਾਂ ਦੇ ਉੱਤੇ 28% GST ਲਗਾਉਣ ਦਾ ਅਧਿਕਾਰ ਮਿਲਦਾ ਹੈ ਤੇ ਨਾਲ ਦੀ ਨਾਲ ਜਿਹੜੀ GST ਅਥਾਰਟੀ ਹੈ ਉਸ ਨੂੰ ਉਸੇ ਵੀ ਸਾਪਨਾ ਕਰਨੀ ਹੈ ਤਾਂ ਜੋ GST ਨਾਲ ਸੰਬੰਧਿਤ ਜਿਹੜੀ ਲੜਾਈ ਝਗੜੇ ਨੇ ਉਹਨਾਂ ਨੂੰ ਸਮੇਟਿਆ ਜਾ ਸਕੇ। ਪਰ ਦੱਸ ਦਈਏ ਪੰਜਾਬ ਸਮੇਤ 11 ਜਿਹੇ ਸੂਬੇ ਨੇ ਜਿੱਥੇ ਕਿ ਹਾਲੇ ਇਹ ਅਪਲਾਈ ਨਹੀਂ ਕੀਤਾ ਗਿਆ। ਸੋ ਜਿੱਥੇ GST ਸੋਧ ਬਿੱਲਾਂ ਦੀ ਗੱਲ ਕੀਤੀ ਜਾਏਗੀ ਉੱਥੇ ਹੀ ਇਸ ਦੇ ਨਾਲ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਹੈ ਜਿਹੜਾ ਕਿ ਬੀਤੇ ਦਿਨ ਜਦੋਂ ਤੋਂ ਦੱਸ ਦਈਏ ਸੁਪਰੀਮ ਕੋਰਟ ਦੀ ਟਿੱਪਣੀ ਆਈ ਹੈ ਉਸ ਤੋਂ ਬਾਅਦ ਲਗਾਤਾਰ ਇਸ ਦੇ ਉੱਤੇ ਚਰਚਾ ਬਣੀ ਹੋਈ ਹੈ। ਤਮਾਮ ਜਿਹੜੀਆਂ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਦੇ ਵਿੱਚ ਨੇ, ਲਗਾਤਾਰ ਰਣਨੀਤੀ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ। ਸੋ ਇਸੇ ਨੂੰ ਲੈ ਕੇ ਕੱਲ CLP ਲੀਡਰ ਪ੍ਰਤਾਪ ਬਾਜਵਾ ਉਹਨਾਂ ਦੇ ਵੱਲੋਂ ਵੀ ਮੀਟਿੰਗ ਜਿਹੜੀ ਹੈ ਕਾਂਗਰਸ ਧਿਰ ਦੀ ਬੁਲਾਈ ਗਈ ਸੀ। ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਕਿ ਆਖਿਰ ਕਿਹੜੇ ਕਿਹੜੇ ਸਵਾਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਨਾ ਹੈ। SVL ਅਜਿਹਾ ਮੁੱਦਾ ਜਿਹੜਾ ਕਿ ਹਮੇਸ਼ਾ ਹੀ ਪੰਜਾਬ ਤੇ ਹੋਰ ਨਾਲ ਲੱਗਦੇ ਸੂਬੇ ਜਿਹੜੇ ਨੇ ਹਰਿਆਣਾ ਦੇ ਲਈ ਵੱਡਾ ਸਿਆਸੀ ਮੁੱਦਾ ਰਿਹਾ ਸੀ, ਉਸ ਦੇ ਉੱਤੇ ਹਮੇਸ਼ਾ ਹੀ ਸਿਆਸਤ ਹੁੰਦੀ ਰਹੀ ਹੈ। ਸੋ ਇੱਕ ਵਾਰ ਫੇਰ ਤੋਂ ਇਹ ਮੁੱਦਾ ਗਰਮਾਇਆ ਹੋਇਆ SVL ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਆਪਣਾ ਸਟੈਂਡ ਸਪਸ਼ਟ ਕਰੇ। ਸੋ ਹੁਣ ਬੇਸ਼ੱਕ ਬਿਆਨਬਾਜ਼ੀ ਦੀ ਗੱਲ ਕਰੀਏ ਤਾਂ ਅੱਜ ਵਿਧਾਨ ਸਭਾ ਦਾ ਸੈਸ਼ਨ ਹੈ, ਉਸ ਦੇ ਵਿੱਚ ਵੀ ਇਸ ਮੁੱਦੇ ਨੂੰ ਲੈ ਕੇ ਯਾਨੀ ਕਿ SVL ਨੂੰ ਲੈ ਕੇ ਮੁੱਦਾ ਗਰਮਾ ਸਕਦਾ ਹੈ। ਲਗਾਤਾਰ ਪਹਿਲੇ ਕਈ ਦਿਨਾਂ ਤੋਂ ਸਰਕਾਰ ਨੂੰ ਘੇਰਦੀ ਹੋਈ ਵਿਰੋਧੀ ਧਿਰਾਂ ਨਜ਼ਰ ਆ ਰਹੀਆਂ ਨੇ ਤੇ ਅੱਜ ਵਿਧਾਨ ਸਭਾ ਦੇ ਅੰਦਰ ਵੀ ਇਸ ਨੂੰ ਲੈ ਕੇ ਖੂਬ ਹੰਗਾਮਾ ਹੋਣ ਦੇ ਪੂਰੇ ਪੂਰੇ ਅਸਾਰ ਨੇ। ਸੋ ਜਿੱਥੇ ਤੱਕ ਬਿੱਲਾਂ ਦੀ ਗੱਲ ਹੈ ਤਾਂ ਦੋ GST ਸੋਧ ਬਿੱਲ ਜਿਹੜੇ ਨੇ ਉਹ ਪੇਸ਼ ਕੀਤੇ ਜਾਣਗੇ। ਬੇਸ਼ੱਕ ਰਾਜਪਾਲ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਲਗਾਤਾਰ ਕਿ ਆਖਿਰ ਇੰਨਾ ਸਮਾਂ ਕਿਉਂ ਲਿਆ ਗਿਆ ਹੈ, ਤਾਂ ਹੁਣ ਇਹ ਗਵਰਨਰ ਦੇ ਕੋਲ ਸਾਈਨ ਹੋਣ ਦੇ ਲਈ ਜਾ ਸਕਦੇ ਨੇ ਦੋਨੇ ਬਿੱਲ। ਉਸ ਤੋਂ ਇਲਾਵਾ ਚਾਹੇ SVL ਦੀ ਗੱਲ ਕਰ ਲਈਏ, ਹੋਰ ਵੀ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ, ਚਾਹੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਬੀਤੇ ਸੈਸ਼ਨ ਦੇ ਵਿੱਚ ਸਰਕਾਰ ਨੂੰ ਘੇਰੇ ਗਏ ਸੀ, ਪਰ ਇਸ ਵਾਰ ਜਿਹੜਾ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਹੈ ਇਹ ਸਭ ਤੋਂ ਵੱਡਾ ਮੁੱਦਾ ਹੈ, ਕਿਉਂਕਿ ਪੰਜਾਬ ਦਾ ਇੱਕ ਪਾਸੇ ਕਹਿਣਾ ਹੈ ਸਰਕਾਰ ਦਾ ਕਿ ਅਸੀਂ ਇੱਕ ਬੂੰਦ ਵੀ ਪਾਣੀ ਕਿਸੇ ਹੋਰ ਸੂਬੇ ਨੂੰ ਨਹੀਂ ਦੇ ਸਕਦੇ, ਪੰਜਾਬ ਦੇ ਕੋਲ ਆਪਣੇ ਲਈ ਇੰਨਾ ਪੂਰਾ ਪਾਣੀ ਨਹੀਂ ਹੈ। ਪਰ ਇਸ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਪੰਜਾਬ ਦੇ ਹੀ ਆਮ ਆਦਮੀ ਪਾਰਟੀ ਦੇ ਦੋ ਵੱਖ ਵੱਖ ਰਾਜ ਸਭਾ ਮੈਂਬਰਾਂ ਦੇ ਵੱਲੋਂ ਵੱਖ ਵੱਖ ਬਿਆਨਬਾਜ਼ੀ ਹੁੰਦੀ ਹੈ ਤਾਂ ਉਹਨੂੰ ਲੈ ਕੇ ਅਕਾਲੀ ਦਲ ਨੇ ਵੀ ਬੀਤੇ ਦਿਨਾਂ ਦੇ ਵਿੱਚ ਘੇਰਿਆ ਸੀ ਕਿ ਆਖਿਰ ਮੁੱਖ ਮੰਤਰੀ ਭਗਵੰਤ ਮਾਨ ਸਪਸ਼ਟ ਕਰਨ ਕਿ ਉਹਨਾਂ ਦਾ ਸਟੈਂਡ ਕਿਹੜੇ ਰਾਜਪਾਲ ਮੈਂਬਰ ਦੇ ਵੱਲ ਹੈ, ਕਿਉਂਕਿ ਰਾਜ ਸਭਾ ਮੈਂਬਰ ਜਿਹੜੇ ਸੰਦੀਪ ਪਾਠਕ ਨੇ ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਨੂੰ ਵੀ ਉਹਨਾਂ ਦੇ ਅਧਿਕਾਰ ਦਾ ਪਾਣੀ ਮਿਲਣਾ ਚਾਹੀਦਾ। ਤਾਂ ਦੂਜੇ ਪਾਸੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਦੁਆਰਾ ਕਿਹਾ ਗਿਆ ਕਿ ਸਾਡੇ ਕੋਲ ਇੰਨਾ ਪਾਣੀ ਨਹੀਂ ਹੈ, ਪੰਜਾਬ ਦੇ ਵਿੱਚ ਪਹਿਲਾਂ ਹੀ ਪਾਣੀ ਦਾ ਜਿਹੜਾ ਲੈਵਲ ਹੈ ਉਹ ਬਹੁਤ ਹੇਠਾਂ ਜਾ ਚੁੱਕਾ ਹੈ, ਬਹੁਤ ਪੱਧਰ ਜਿਹੜਾ ਪਾਣੀ ਦਾ ਡਿੱਗ ਚੁੱਕਾ ਹੈ, ਸਾਡੇ ਕੋਲ ਇੰਨਾ ਪਾਣੀ ਨਹੀਂ ਕਿ ਅਸੀਂ ਕਿਸੇ ਹੋਰ ਸੂਬੇ ਨੂੰ ਦੇ ਸਕੀਏ। ਸੋ ਇਹਨਾਂ ਸਭ ਸਵਾਲਾਂ ਦੇ ਵਿੱਚ ਪੰਜਾਬ ਸਰਕਾਰ ਫਿਲਹਾਲ ਘਿਰੀ ਹੋਈ ਹੈ, ਪਰ ਵਿਧਾਨ ਸਭਾ ਦੇ ਅੰਦਰ ਕੀ ਕੁਝ ਹੁੰਦਾ ਹੈ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੈਅ ਹੋਏਗਾ, ਕਿਉਂਕਿ 11 ਵਜੇ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਹੋਏਗੀ। ਤਮਾਮ ਜਿਹੜੇ ਚਾਹੇ ਵਿਰੋਧੀ ਧਿਰਾਂ ਦੇ ਵਿਧਾਇਕ ਨੇ ਨਾਲ ਹੀ ਪੰਜਾਬ ਸਰਕਾਰ ਦੇ ਵਿਧਾਇਕ ਤੇ ਮੰਤਰੀ ਨੇ ਪਹੁੰਚਣਗੇ, ਤਾਂ ਇਸ ਸਭ ਦੇ ਵਿੱਚ ਕਿਹੜੇ ਕਿਹੜੇ ਹੋਰ ਬਿੱਲ ਪੇਸ਼ ਕੀਤੇ ਜਾਣਗੇ ਤੇ ਕਿਹੜੇ ਕਿਹੜੇ ਹੋਰ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਹੋਣੀ ਹੈ। ਬੇਸ਼ੱਕ 1 ਨਵੰਬਰ ਨੂੰ ਪੰਜਾਬ ਦਿਵਸ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਖੁੱਲ੍ਹਾ ਸੱਦਾ ਬਹਿਸ ਦੇ ਲਈ ਦਿੱਤਾ ਗਿਆ ਤਾਂ ਜੋ SVL ਤੋਂ ਇਲਾਵਾ ਹੋਰ ਪੰਜਾਬ ਦੇ ਮੁੱਦਿਆਂ ਤੇ ਗੱਲ ਕੀਤੀ ਜਾਵੇ। ਤਮਾਮ ਮੁੱਦੇ ਜਿਹੜੇ ਪੰਜਾਬ ਦੇ ਪਹਿਲਾਂ 70 ਸਾਲਾਂ ਦੇ ਵਿੱਚ ਵਿਚਾਰੇ ਨਹੀਂ ਗਏ ਸੀ ਉਹਨਾਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਵੀ ਵਿਰੋਧੀ ਧਿਰਾਂ ਨੂੰ ਘੇਰੇ ਗਏ ਸੀ, ਪਰ ਵਿਰੋਧੀ ਧਿਰਾਂ ਦਾ ਕਹਿਣਾ ਕਿ ਅਸੀਂ ਡਿਬੇਟ ਦੇ ਲਈ ਤਿਆਰ ਹਾਂ ਪਰ ਆਪੋ ਆਪਣੀਆਂ ਸ਼ਰਤਾਂ ਵਿਰੋਧੀ ਧਿਰਾਂ ਦੇ ਵੱਲੋਂ ਰੱਖੀਆਂ ਗਈਆਂ ਸੀ। ਖੈਰ ਉਹ ਤਾਂ 1 ਨਵੰਬਰ ਨੂੰ ਦੇਖਿਆ ਜਾਏਗਾ, ਪਰ ਉਸ ਤੋਂ ਪਹਿਲਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ, ਤਿੱਖੀ ਬਹਿਸ ਹੋਣ ਦੇ ਪੂਰੇ ਪੂਰੇ ਅਸਾਰ ਨੇ। ਸੋ ਥੋੜੇ ਸਮੇਂ ਦੇ ਵਿੱਚ ਯਾਨੀ ਕਿ 11 ਵਜੇ ਦੇ ਕਰੀਬ ਸੈਸ਼ਨ ਸ਼ੁਰੂ ਹੋਏਗਾ, ਕੀ ਕੁਝ ਚਰਚਾ ਹੁੰਦੀ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋ ਸਕੇਗਾ ਜੀ।
ठीक है प्रियंका, जानकारी देने लिए धन्यवाद। तो अहम इस की कुछ रहेगा अच्छ वह भी देखना होएगा, क्योंकि जिस तरह साढ़े सहयोगी भी दस रहे थे कि मुद्दे बहुत सारे है, उन्होंने उत्ते विरोधी जिते तैयारी करके आने तो उत्थे ही सरकार भी उन्होंने उत्ते पलटवार करने कोई कसर नहीं छेगी। एस वाई एल का मुद्दा जिस तरह अक्सर आम आदमी पार्टी इस गल का जिक्र करती है कि पिछलिया सरकार इस मसले को हल कर सकदियां सी पर होया नहीं, पर इस दे चलदिया जिहड़ा विरोधी घेरनगे कि जो आम आदमी पार्टी के संसद मैंबर ने तो वो वक्खो वक्खरे बयान दे रहे हैं, उन्होंने स्टैंड इस दे उत्ते क्लीयर करना चाहिए।